ਸਤਿ ਸ਼੍ਰੀ ਅਕਾਲ ਜੀ ਮਿੱਤਰੋ, ਮੈਂ ਗੁਰਮੀਤ ਸਿੰਘ, ਜੀ ਐਸ ਮੋਟਰਸ ਤਲਵੰਡੀ ਸਾਬੋ ਤੋਂ। ਜਿੰਨੇ ਭਰਾ ਮੈਸੇਜ ਕਰ ਰਹੇ ਸੀ ਆਪਣੂੰ ਅਲਟੋ ਕਾਰ ਚਾਹੀਦੀ ਹੈ ਜੀ, ਆਪਣੇ ਕੋਲ ਅਲਟੋ ਕਾਰ ਆ ਚੁੱਕੀ ਹੈ, ਬਠਿੰਡਾ ਨੰਬਰ, ਬਹੁਤ ਹੀ ਸੋਹਣੀ ਕੰਡੀਸ਼ਨ ਦੀ ਕਾਰ ਇਸ ਵਾਰ ਆਪਣੇ ਕੋਲ ਆ ਚੁੱਕੀ ਹੈ, 2005 ਮਾਡਲ LXi ਮਾਡਲ। ਕਾਰ ਦਾ ਜਿਹੜਾ AC ਵਗੈਰਾ ਬਿਲਕੁਲ ਓਕੇ ਹੈ ਜੀ, ਵਾਈਟ ਕਲਰ ਦੀ ਕਾਰ ਹੈ, ਕਾਰ ਦੇ ਟਾਇਰ ਵਗੈਰਾ ਜਿਹੜੇ ਬਿਲਕੁਲ ਓਕੇ ਪਏ ਨੇ। ਬਾਕੀ ਜਿਹੜੇ ਭਰਾ ਆਪਣੂੰ ਮੈਸੇਜ ਕਰ ਰਹੇ ਸੀ ਆਪਣੇ ਅਲਟੋ ਕਾਰ ਚਾਹੀਦੀ ਹੈ, ਆਪਣੇ ਕੋਲ ਅਲਟੋ ਫੈਮਿਲੀ ਕਾਰ ਆ ਚੁੱਕੀ ਹੈ, ਬਹੁਤ ਹੀ ਚੰਗੀ ਕੰਡੀਸ਼ਨ ਦੀ। ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਕਾਰ ਦੇ ਜਿਹੜੇ ਚਾਰੇ ਸਾਈਡਾਂ ਚੈੱਕ ਕਰਾਵਾਂਗੇ, ਬਹੁਤ ਹੀ ਸਾਫ਼ ਕੰਡੀਸ਼ਨ ਦੀ ਕਾਰ ਜਿਹੜੀ ਆਪਣੇ ਕੋਲ ਆ ਚੁੱਕੀ ਹੈ। ਚਾਰੇ ਸਾਈਡਾਂ ਤੁਸੀਂ ਦੇਖ ਸਕਦੇ ਹੋ ਕਾਰ ਦੀ ਕੰਡੀਸ਼ਨ ਜਿਹੜੀ ਬਹੁਤ ਹੀ ਜ਼ਿਆਦਾ ਸਾਫ਼ ਪਈ ਹੈ, ਘਰ ਰੱਖਣ ਵਾਲੀ ਕਾਰ ਹੈ ਜੀ। ਬਾਕੀ ਜਿਹੜੇ ਵੀ ਭਰਾ ਆਪਣੂੰ ਮੈਸੇਜ ਕਰਦੇ ਸੀ ਵੀ ਆਪਾਂ ਨੂੰ ਘਰ ਰੱਖਣ ਵਾਸਤੇ ਕਾਰ ਚਾਹੀਦੀ ਹੈ, ਤਾਂ ਸਾਰੇ ਭਰਾਵਾਂ ਨੂੰ ਦੱਸ ਦਈਏ, ਬਹੁਤ ਹੀ ਚੰਗੀ ਕੰਡੀਸ਼ਨ ਦੀ ਕਾਰ ਆਪਣੇ ਕੋਲ ਆ ਚੁੱਕੀ ਹੈ। ਤੁਸੀਂ ਚਾਰੇ ਸਾਈਡਾਂ ਦੇਖ ਸਕਦੇ ਹੋ ਕਾਰ ਦੀਆਂ ਬਿਲਕੁਲ ਸਾਫ਼ ਪਈਆਂ ਨੇ, ਅਤੇ ਕਾਰ ਦੇ ਟਾਇਰ ਨੇ ਉਹ ਵੀ ਬਿਲਕੁਲ ਓਕੇ ਪਏ ਨੇ। ਨਾਲ ਦੇ ਆਪਾਂ ਤੁਹਾਨੂੰ ਟਾਇਰ ਵਗੈਰਾ ਵੀ ਚੈੱਕ ਕਰਾਵਾਂਗੇ ਸਾਰੇ। ਬਾਕੀ ਤੁਸੀਂ ਕਾਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਨਾਲ ਦੇ ਨਾਲ, 2005 ਮਾਡਲ ਬਠਿੰਡਾ ਨੰਬਰ ਜਿਹੜੀ ਗੱਡੀ ਆਪਣੇ ਕੋਲ ਆ ਚੁੱਕੀ ਹੈ ਜੀ, LXi ਮਾਡਲ ਹੈ ਇਹ। ਕਾਰ ਦੇ ਵਿੱਚ ਮਿਊਜ਼ਿਕ ਸਿਸਟਮ, AC ਵਗੈਰਾ ਕਾਰ ਦਾ ਬਿਲਕੁਲ ਓਕੇ ਆ, ਅਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਕਾਰ ਦੀ ਕੰਡੀਸ਼ਨ ਚੈੱਕ ਕਰਾ ਰਹੇ ਹਾਂ। ਆਪਣੀ ਵੀਡੀਓ ਨੂੰ ਕਰਦੇ ਜੀ ਨਾਲ ਦੀਆਂ ਲਾਈਕ, ਸ਼ੇਅਰ ਅਤੇ ਕਮੈਂਟ, ਨਾਲ ਆਪਣੇ ਪੇਜ ਨੂੰ ਕਰ ਲਓ ਸਬਸਕ੍ਰਾਈਬ, ਤਾਂ ਕਿ ਜਿਹੜੇ ਭਰਾ ਨੇ ਗੱਡੀ ਲੈਣੀ ਹੋਵੇ ਸਭ ਤੋਂ ਪਹਿਲਾਂ ਵੀਡੀਓ ਤੱਕ ਪਹੁੰਚ ਸਕੇ। ਨਾਲ ਦੀ ਨਾਲ ਆਪਾਂ ਚੈੱਕ ਕਰਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਕਾਰ ਦਾ। ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇੰਟੀਰੀਅਰ ਚੈੱਕ ਕਰਾਉਣੇ, ਨਾਲ ਨਾਲ ਦੱਸਾਂਗੇ ਵੀ ਜਿਹੜੀ ਗੱਡੀ ਚੱਲੀ ਕਿੰਨਾ ਹੋਈ ਆ। ਕਾਰ ਚੱਲੀ ਹੈ ਜੀ ਕੁੱਲ ਹੀ 1,10,000 ਕਿਲੋਮੀਟਰ। ਬਾਕੀ ਚਾਰੇ ਸਾਈਡਾਂ ਤੁਸੀਂ ਦੇਖ ਸਕਦੇ ਹੋ, ਨਾਲ ਨਾਲ ਆਪਾਂ ਦੱਸਾਂਗੇ ਵੀ ਕਿਹੜੇ ਕਿਹੜੇ ਫੋਲਟ ਨੇ ਕਾਰ ਦੇ ਵਿੱਚ। ਮੇਜਰ ਫੋਲਟ ਕੋਈ ਵੀ ਨਹੀਂ, ਗੱਡੀ ਦਾ ਇੰਜਨ, ਗੇਅਰ, AC ਵਗੈਰਾ ਬਿਲਕੁਲ ਓਕੇ ਹੈ। ਥੋੜ੍ਹੀ ਬਹੁਤ ਰਸਟਿੰਗ ਹੈ ਕਾਰ ਦੇ ਵਿੱਚ, ਉਹ ਵੀ ਆਪਾਂ ਤੁਹਾਨੂੰ ਕੈਮਰੇ ਥਰੂ ਸਾਰਾ ਚੈੱਕ ਕਰਾਵਾਂਗੇ। ਬਾਕੀ ਨਾਲ ਦੀਆਂ ਚੈੱਕ ਕਰ ਸਕਦੇ ਹੋ, ਕਾਰ ਦਾ ਜਿਹੜਾ ਪਾਵਰ ਸਟੀਅਰਿੰਗ ਬਿਲਕੁਲ ਓਕੇ ਆ। ਨਾਲ ਦੀਆਂ ਦੱਸ ਦਈਏ ਕਾਰ ਦੇ ਵਿੱਚ ਪ੍ਰੀਮੀਅਮ ਦੇ ਸਪੀਕਰ ਲੱਗੇ ਨੇ, ਅਤੇ ਬਲੂਟੁੱਥ ਵਾਲਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ, AC ਬਿਲਕੁਲ ਚਿਲਡ ਆ ਕਾਰ ਦਾ। ਨਾਲ ਦੀਆਂ ਤੁਹਾਨੂੰ ਇੱਕ ਚੀਜ਼ ਇਸ ਸਾਈਡ ਤੋਂ ਦਿਖਾ ਦਿੰਦੇ ਹਾਂ ਥੋੜ੍ਹੀ ਜੀ, ਜਿਹੜਾ ਰਾਈਟ ਸਾਈਡ ਦਾ ਕਬਜ਼ਾ ਹੁੰਦਾ, ਜਿਹਨੂੰ ਕਬਜ਼ਾ ਕਹਿ ਦਿੰਦੇ, ਉਸ ਸਾਈਡ ਤੋਂ ਜਿਹੜੀ ਕਾਰ ਵਿੱਚ ਬੈਲਡਿੰਗ ਲੱਗਿਆ ਹੋਇਆ ਆਪਣਾ, 3,000-4,000 ਰੁਪਏ ਦਾ ਕੰਮ ਆ। ਥੋੜ੍ਹੀ ਮੋਟ ਪੇਂਟ ਆਉਣੀ ਆ, 1-2 ਪੀਸ ਲੱਗਣੇ ਨੇ ਥੱਲੇ, ਬਾਕੀ ਕਾਰ ਬਿਲਕੁਲ ਓਕੇ ਆ। ਇੱਕ ਵਾਰ ਤੁਸੀਂ ਜਿਹੜੀ ਚਾਰੇ ਸਾਈਡਾਂ ਚੈੱਕ ਕਰ ਸਕਦੇ ਹੋ, ਕਾਰ ਦੀਆਂ ਬਹੁਤ ਹੀ ਜ਼ਿਆਦਾ ਸਾਫ਼ ਪਈਆਂ ਨੇ। ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਕਾਰ ਦਾ ਇੰਜਨ ਰੂਮ। ਕਾਰ ਤੁਸੀਂ ਇੰਜਨ ਰੂਮ ਚੈੱਕ ਕਰ ਸਕਦੇ ਹੋ, ਜਿਹੜੀ ਫੱਟੀ ਵਗੈਰਾ ਬਿਲਕੁਲ ਸ਼ੀਲਡ ਹੈ, ਬਹੁਤ ਹੀ ਸਾਫ਼ ਕੰਡੀਸ਼ਨ ਦੀ ਕਾਰ ਜਿਹੜੀ ਆਪਣੇ ਕੋਲ ਇਸ ਵਾਰ ਆ ਚੁੱਕੀ ਆ। ਨਾਲ ਦੀ ਨਾਲ ਕਾਰ ਜਿਹੜੀ ਆਪਾਂ ਤੁਹਾਨੂੰ ਸਟਾਰਟ ਕਰਕੇ ਚੈੱਕ ਕਰਾਵਾਂਗੇ, ਅਤੇ ਕਾਰ ਦਾ AC ਹੈਗਾ ਜੀ ਪੂਰਾ ਚਿਲਡ, ਬਹੁਤ ਹੀ ਚੰਗੀ ਕੰਡੀਸ਼ਨ ਦੀ ਕਾਰ ਹੈ। ਇੱਕ ਵਾਰ ਤੁਹਾਨੂੰ ਆਪਾਂ ਕਾਰ ਜਿਹੜੀ ਸਟਾਰਟ ਕਰਕੇ ਵੀ ਚੈੱਕ ਕਰਾਵਾਂਗੇ, ਬਲੋ ਵਗੈਰਾ ਨਾਲ ਦਿਆਂ ਦਿਖਾਵਾਂਗੇ ਵੀ ਬਿਲਕੁਲ ਵੀ ਨਹੀਂ ਮਾਰਦੀ ਗੱਡੀ। ਇੰਜਨ ਜਿਹੜਾ ਗੱਡੀ ਦਾ ਬਿਲਕੁਲ ਓਕੇ ਰਿਪੋਰਟ ਆ। ਡਿਪ ਕੱਢ ਕੇ ਆਪਾਂ ਚੈੱਕ ਕਰਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਬਿਲਕੁਲ ਥੋੜ੍ਹੀ ਜਿਹੀ ਵੀ ਜਿਹੜੀ ਆਪਾਂ ਕਹਿ ਸਕਦੇ ਹਾਂ ਬਲੋ ਨਹੀਂ ਮਾਰਦੀ ਗੱਡੀ, ਬਿਲਕੁਲ ਓਕੇ ਆ ਇੰਜਨ, ਬਿਲਕੁਲ ਓਕੇ ਆ ਕਾਰ ਦਾ। ਫੱਟੀ ਵਗੈਰਾ ਚੈੱਕ ਕਰ ਸਕਦੇ ਹੋ ਕਾਰ ਦੇ ਵਿੱਚ, ਜਿਹੜੀ ਇੰਜਨ ਰੂਮ ਦੇ ਵਿੱਚ ਰਸਟਿੰਗ ਨਹੀਂ ਆਪਾਂ ਕਹਿ ਸਕਦੇ, ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੋਂ ਥੋੜ੍ਹੀ ਜਿਹੀ ਸ਼ੋਕਰ ਕੋਲੋਂ ਆ, ਉਹ ਵੀ ਕੋਈ ਆਪਾਂ ਮੇਜਰ ਨਹੀਂ ਕਹਿ ਸਕਦੇ, ਵੈਸੇ ਹੀ ਕੋਈ ਚੀਜ਼ ਨਾ ਹੋ ਜਾਂਦੀ ਆ ਪਾਣੀ ਵਗੈਰਾ ਨਾਲ ਥੋੜ੍ਹੀ ਬਹੁਤ, ਬਟ ਕਾਰ ਜਿਹੜੀ ਬਿਲਕੁਲ ਓਕੇ ਆ, ਪੂਰਾ ਚਿਲਡ AC ਆ, ਬੈਟਰੀ ਵੀ ਬਿਲਕੁਲ ਵਧੀਆ ਕਾਰ ਦੀ। ਬਾਕੀ ਨਾਲ ਦੀ ਨਾਲ ਤੁਹਾਨੂੰ ਆਪਾਂ ਜਿਹੜਾ ਇਹਦੀ ਡਿੱਗੀ ਵੀ ਖੋਲ੍ਹ ਕੇ ਚੈੱਕ ਕਰਾਵਾਂਗੇ, ਇੰਟੀਰੀਅਰ ਵੀ ਨਾਲ ਦੀਆਂ ਚੈੱਕ ਕਰਾਵਾਂਗੇ, ਤੁਸੀਂ ਦੇਖ ਸਕਦੇ ਹੋ ਇੱਕ ਵਾਰ ਤੁਹਾਨੂੰ ਆਪਾਂ ਡਿੱਗੀ ਚੈੱਕ ਕਰਾ ਰਹੇ ਹਾਂ ਕਾਰ ਦੀ ਖੋਲ੍ਹ ਕੇ, ਨਾਲ ਦੀ ਨਾਲ ਆਪਾਂ ਤੁਹਾਨੂੰ ਕਾਰ ਦੀ ਡਿੱਗੀ ਵੀ ਖੋਲ੍ਹ ਕੇ ਚੈੱਕ ਕਰਾ ਰਹੇ ਹਾਂ ਇੱਕ ਵਾਰੀ। ਸਪੀਕਰ ਵਗੈਰਾ ਜਿਹੜੇ ਬਿਲਕੁਲ ਓਕੇ ਨੇ, ਪ੍ਰੀਮੀਅਮ ਦੇ ਸਪੀਕਰ ਲੱਗੇ ਨੇ, ਸਟਿਪਣੀ ਵੀ ਬਿਲਕੁਲ ਓਕੇ ਆ, ਜੈੱਕ ਰੋਡ ਵਗੈਰਾ ਸਭ ਕੁਛ ਅਵੇਲੇਬਲ ਆ ਕਾਰ ਦੇ ਵਿੱਚ, ਅਤੇ ਜਿਹੜੀ ਡਿੱਗੀ ਵਾਲੇ ਕਵਰ ਹੁੰਦੇ ਨੇ ਜਿੱਦਾਂ ਕੰਪਨੀ ਦਿੰਦੀ ਆ, ਉਹ ਸਾਰੇ ਉਸ ਟਾਈਪ ਹੀ ਪਏ ਨੇ ਮੈਟਿੰਗ ਕਵਰ। ਕਾਰ ਦੇ ਵਿੱਚ ਸਟੀਰੀਓ ਲੱਗਿਆ ਹੋਇਆ ਅਤੇ ਪ੍ਰੀਮੀਅਮ ਦੇ ਜਿਹੜੇ ਸਪੀਕਰ ਲੱਗੇ ਹੋਏ ਨੇ, ਬਾਕੀ ਇਹਦੇ ਜਿਹੜੇ ਸ਼ੌਕਰ ਵਗੈਰਾ ਨੇ ਬਿਲਕੁਲ ਸਹੀ ਨੇ। ਬਾਕੀ ਚਾਰੇ ਸਾਈਡਾਂ ਤੁਹਾਨੂੰ ਨਾਲ ਦੀ ਨਾਲ ਆਪਾਂ ਕਾਰ ਦੀਆਂ ਚੈੱਕ ਕਰਾ ਰਹੇ ਹਾਂ, ਬਹੁਤ ਹੀ ਜਿਹੜੀਆਂ ਸਾਫ਼ ਪਈਆਂ ਨੇ। ਜਿਹੜੀ ਥੋੜ੍ਹੀ ਬਹੁਤ ਰਸਟਿੰਗ ਹੈ ਇਹਦੇ ਫਰਸ਼ ਦੇ ਵਿੱਚ ਹੈ, ਉਹ ਆਪਾਂ ਤੁਹਾਨੂੰ ਪੂਰੀ ਚੈੱਕ ਕਰਾਵਾਂਗੇ ਵੀਡੀਓ ਦੇ ਵਿੱਚ,
ਜਿਹੜੇ ਵੀ ਭਰਾ ਨੇ ਇਹ ਵਾਲੀ ਗੱਡੀ ਲੈਣੀ ਆ, ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ, ਤੁਸੀਂ ਕਾਰ ਬੁੱਕ ਕਰ ਸਕਦੇ ਹੋ। ਨਾਲ ਦੇ ਤੁਹਾਨੂੰ ਅਸੀਂ ਨੰਬਰ ਬੋਲ ਕੇ ਵੀ ਦੱਸ ਦਿੰਦੇ ਹਾਂ, 98767 7732 ਸਾਡਾ ਮੋਬਾਈਲ ਨੰਬਰ ਹੈ ਜੀ। GS ਮੋਟਰ ਤਲਵੰਡੀ ਸਾਬੋ ਤੁਸੀਂ ਪਹੁੰਚ ਸਕਦੇ ਹੋ ਜਲਦੀ ਜਲਦੀ, ਬਲਵੀਰ ਸਰਦਾਰ ਦੇ ਪੰਪ ਸਾਹਮਣੇ ਬਿਲਕੁਲ ਆਪਣਾ ਗੈਰਜ ਹੈ ਜੀ। ਬਾਕੀ ਨਾਲ ਦੀ ਆਪਾਂ ਤੁਹਾਨੂੰ ਇੰਟੀਰੀਅਰ ਚੈੱਕ ਕਰਾ ਰਹੇ ਹਾਂ ਇੱਕ ਵਾਰ। ਬਾਕੀ ਤੁਸੀਂ ਗੱਤੇ ਵਗੈਰਾ, ਡੈਸ਼ਬੋਰਡ ਵਗੈਰਾ ਇਹ ਵੀ ਦੇਖ ਸਕਦੇ ਹੋ, ਬਹੁਤ ਸਾਫ਼ ਪਿਆ, ਅਤੇ ਗੱਡੀ ਦਾ ਜਿਹੜਾ ਸੀਟ ਕਵਰ ਆ ਉਹ ਵੀ ਬਿਲਕੁਲ ਵਧੀਆ ਪਏ ਨੇ। ਬਾਕੀ ਇਸ ਵਾਰ ਜਿਹੜੀ ਆਪਾਂ ਕਾਰ ਤੁਹਾਨੂੰ ਰੇਟ 'ਚ ਦੇਣ ਜਾ ਰਹੇ ਹਾਂ, ਬਹੁਤ ਹੀ ਘੱਟ ਰੇਟ ਆ ਕਾਰ ਦਾ। ਬਾਕੀ ਕਾਰ ਦੇ ਤੁਸੀਂ ਜਿਹੜੇ ਮਗਰਲੇ ਸੀਟ ਕਵਰ ਵੀ ਦੇਖ ਸਕਦੇ ਹੋ, ਬਿਲਕੁਲ ਓਕੇ ਨੇ, ਕਾਰ ਦੀਆਂ ਸੀਟਾਂ ਵੀ ਜਿਹੜੀਆਂ ਬਿਲਕੁਲ ਓਕੇ ਪਈਆਂ ਨੇ। ਅਲਟੋ ਕਾਰ 2005 ਮਾਡਲ, ਬਠਿੰਡਾ ਨੰਬਰ, ਬਿਲਕੁਲ ਸਾਫ਼ ਕੰਡੀਸ਼ਨ ਦੀ ਕਾਰ ਹੈ ਜੀ, ਟਾਇਰ ਵਗੈਰਾ ਬਿਲਕੁਲ ਓਕੇ ਨੇ ਕਾਰ ਦੇ, ਅਤੇ ਕੰਡੀਸ਼ਨ ਆਪਾਂ ਤੁਹਾਨੂੰ ਨਾਲ ਦੀਆਂ ਚੈੱਕ ਕਰਾ ਰਹੇ ਹਾਂ। ਜਿਹੜੇ ਕਾਰ ਦੇ ਫਰੰਟ ਵਾਲੇ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ, ਜਿਹੜੇ ਪਏ ਨੇ ਜੀ 60% ਪਏ ਆ ਟਾਇਰ, ਅਤੇ ਰੀਅਰ ਵਾਲਾ ਵੀ ਪਏ ਜੀ 60% ਟਾਇਰ ਬਿਲਕੁਲ ਆਰਾਮ ਨਾਲ। ਬਾਕੀ ਤੁਸੀਂ ਕਾਰ ਦਾ ਜਿਹੜਾ ਨੀਚੇ ਵਾਲਾ ਫਲੋਰ ਹੈ ਉਹ ਵੀ ਚੈੱਕ ਕਰ ਸਕਦੇ ਹੋ, ਫਰਸ਼ ਵਗੈਰਾ। ਜਿਹੜੀ ਰਾਈਟ ਸਾਈਡ 'ਤੇ ਆ ਥੋੜ੍ਹੀ ਜਿਹੀ ਰਸਟਿੰਗ ਹੈ ਕਾਰ ਦੇ ਵਿੱਚ, ਆਪਣਾ 3 ਤੋਂ 4 ਹਜ਼ਾਰ ਰੁਪਏ ਲੱਗਣਾ ਜਿਹੜਾ ਕਾਰ ਦੇ ਉੱਤੇ। ਬਾਕੀ ਕਾਰ ਬਿਲਕੁਲ ਓਕੇ ਆ, ਏਸੀ ਵਗੈਰਾ ਬਿਲਕੁਲ ਓਕੇ ਆ ਜੀ, ਕਾਰ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਆ। ਜਿਹੜੇ ਵੀ ਭਰਾ ਨੇ ਗੱਡੀ ਲੈਣੀ ਜੀ, ਅਲਟੋ 2005 ਮਾਡਲ, ਬਠਿੰਡਾ ਨੰਬਰ, ਪਾਸਿੰਗ ਗੱਡੀ ਦੀ ਐਕਸਪਾਇਰ ਆ, ਤੀਜੇ ਨਾਮ ਆ ਗੱਡੀ, ਯਾਨੀ ਕਿ ਥਰਡ ਓਨਰ ਕਾਰ ਹੈ, ਅਤੇ ਬਾਕੀ ਕੰਡੀਸ਼ਨ ਕਾਰ ਦੀ ਸਾਫ਼ ਪਈ ਆ, ਐਲੈਕਸਾਈ ਮਾਡਲ ਹੈ। ਗੱਡੀ ਦਾ ਰੇਟ ਹੈਗਾ ਜੀ ਕੁੱਲ ਹੀ 70,000 ਰੁਪਇਆ, 70,000 ਰੁਪਏ ਦੇ ਵਿੱਚ ਤੁਸੀਂ 2005 ਮਾਡਲ ਬਠਿੰਡਾ ਨੰਬਰ ਕਾਰ ਜਿਹੜੀ ਲਿਜਾ ਸਕਦੇ ਹੋ, ਬਹੁਤ ਸਾਫ਼ ਕੰਡੀਸ਼ਨ ਦੀ ਕਾਰ ਆਪਣੇ ਕੋਲ ਆ ਚੁੱਕੀ ਆ। ਬਾਕੀ ਜਿੰਨੇ ਭਰਾ ਮੈਸੇਜ ਕਰਦੇ ਸੀ ਆਪਣੇ ਆਲਟੋ ਗੱਡੀ ਚਾਹੀਦੀ, ਤੁਸੀਂ ਆਲਟੋ ਗੱਡੀ ਬੁੱਕ ਕਰ ਸਕਦੇ ਹੋ, ਸਾਡਾ ਮੋਬਾਈਲ ਨੰਬਰ ਹੈਗਾ ਜੀ 98767 7732। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਜ਼ਰੂਰ ਕਰਿਓ, ਅਤੇ ਨਾਲ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ। ਥੈਂਕ ਯੂ।